ਗੁਰਦਾਸਪੁਰ ਤੋਂ ਚੋਣ ਵੀ ਲੜੀ, ਇਹਨਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਸਿਮਰ ਸਾਹਿਬ, ਜਿਸ ਤਰ੍ਹਾਂ ਦੀ ਸਥਿਤੀ ਇਸ ਵਾਰ ਅਕਾਲੀ ਦਲ ਨੂੰ ਦੇਖਣੀ ਪਈ, ਕਿਉਂਕਿ ਕਹਿੰਦੇ ਕਿ ਜਦੋਂ ਇੱਕ ਵਾਰੀ ਹਾਰ ਹੁੰਦੀ ਹੈ ਵਿਧਾਨ ਸਭਾ ਚੋਣਾਂ ਚ, ਹਾਰ ਹੋ ਜੇ ਅਗਲੀ ਵਾਰੀ ਆਸ ਵੱਧ ਜਾਂਦੀ ਹੈ, ਲੋਕਾਂ ਦਾ ਗੁੱਸਾ ਘੱਟ ਜਾਂਦਾ, ਪਾਰਲੀਮੈਂਟ ਚੋਣਾਂ ਚ ਹੋ ਜੇ ਦੂਜੇ ਪਾਸੇ ਫਾਇਦਾ ਮਿਲ ਜਾਂਦਾ, ਪਰ ਇੱਕ ਤੋਂ ਬਾਅਦ ਇੱਕ ਹਾਰ, ਔਰ ਹਾਰ ਵੀ ਐਸੀ ਕਿ ਲਗਾਤਾਰ ਅਕਾਲੀ ਦਲ ਘਟਦਾ ਜਾ ਰਿਹਾ। ਦੇਖੋ, ਗੱਲ ਇਹ ਹੈ ਕਿ ਲੋਕ ਸਭਾ ਦਾ ਨਤੀਜਾ ਤੁਹਾਡੇ ਸਾਰਿਆਂ ਦੇ ਸਾਹਮਣੇ, ਔਰ ਜੋ ਪਾਰਟੀ ਦੀਆਂ ਆਸਾਂ ਤੇ ਉਮੀਦਾਂ ਸੀ, ਕੁਦਰਤੀ ਗੱਲ ਹੈ, ਉਹਦੇ ਮੁਤਾਬਕ ਨਹੀਂ। ਇਸ ਕਰਕੇ ਬਹੁਤ ਸਾਰੀਆਂ ਚਿੰਤਾਵਾਂ ਹੈ, ਲੇਕਿਨ ਉਹਦੀ ਘੋਖ ਕਰਨ ਵਾਸਤੇ, ਇੰਟਰੋਸਪੈਕਸ਼ਨ ਕਰਨ ਵਾਸਤੇ ਕਿ ਕਿੱਥੇ ਕੀ ਗਲਤ ਹੋਇਆ, ਕੀ ਬੈਟਰ ਹੋ ਸਕਦਾ ਸੀਗਾ, ਇਹ ਸਾਰੇ ਕੰਮ ਹੁਣ ਜਿਹੜੇ ਹੈਗੇ ਆ, ਇਹ ਪਾਰਟੀ ਦੀ ਕੱਲ ਕੋਰ ਕਮੇਟੀ ਦੀ 3 ਵਜੇ ਮੀਟਿੰਗ ਰੱਖੀ ਹੈ, ਉਹਦੇ ਵਿੱਚ ਵਿਸਤਾਰ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕੀ ਹੋਇਆ, ਕਿਉਂ ਇਸ ਤਰ੍ਹਾਂ ਦਾ ਰਿਜ਼ਲਟ ਆਇਆ, ਜਿਸ ਤਰ੍ਹਾਂ ਉਮੀਦ ਕੀਤੀ ਜਾਂਦੀ ਸੀ, ਜਿਸ ਤਰ੍ਹਾਂ ਸ਼ੁਰੂਆਤ ਸੀ, ਜਿਸ ਤਰ੍ਹਾਂ ਇਕੱਠ ਹੋ ਰਹੇ ਸੀ, ਰੈਲੀਆਂ ਹੋ ਰਹੀਆਂ ਸੀ, ਉਹਦੇ ਮੁਤਾਬਕ ਜਿਹੜੀ ਹੈਗੀ ਆ ਵੋਟ ਸ਼ੇਅਰ ਉਨਾ ਨਹੀਂ ਮਿਲ ਸਕਿਆ। ਕੀ ਕਾਰਨ ਇਹ, ਹੁਣ ਸਾਰਾ ਜਦੋਂ ਮੰਥਨ ਕਰਾਂਗੇ, ਇੰਟਰੋਸਪੈਕਸ਼ਨ ਕਰਾਂਗੇ ਸਾਰੀਆਂ ਚੀਜ਼ਾਂ ਦੀ, ਤੇ ਉਸ ਤੋਂ ਬਾਅਦ ਹੀ ਕੁਛ ਉਹਦੇ ਤੇ ਮੀਡੀਆ ਦੇ ਵਿੱਚ ਕਿਹਾ ਜਾ ਸਕਦਾ। ਅੱਛਾ, ਵੈਸੇ ਕੀ ਲੱਗਦਾ ਹੈ ਚੀਮਾ ਸਾਹਿਬ, ਕਿਉਂਕਿ ਤੁਹਾਡਾ ਇੱਕ ਲੰਬਾ ਤਜਰਬਾ ਵੀ ਹੈ, ਐਸੇ ਕੀ ਹਾਲਾਤ ਬਣੇ, ਮੁੱਖ ਕਾਰਨ ਤੁਹਾਨੂੰ ਕੀ ਲੱਗਦਾ ਹੈ? ਆਪਾਂ ਜੇ ਮੋਟਾ ਮੋਟਾ ਕਰੀਏ ਵੀ ਆਹ ਇੱਕ ਚੀਜ਼ ਤੁਹਾਨੂੰ ਲੱਗਦੀ ਹੋਵੇ ਕਿ ਯਾਰ ਜੇ ਘੱਟੋ ਘੱਟ ਆਹ ਕਰ ਲੈਂਦੇ ਤਾਂ ਜੇ ਰਿਜ਼ਲਟ ਬਹੁਤਾ ਚੰਗਾ ਨਾ ਹੁੰਦਾ ਤਾਂ ਇੰਨਾ ਮਾੜਾ ਵੀ ਨਹੀਂ ਸੀ ਹੋਣਾ। ਦੇਖੋ, ਗੱਲ ਇਹ ਹੈ ਕਿ ਜਦੋਂ ਪਾਰਟੀ ਨੇ ਮੀਟਿੰਗ ਰੱਖੀ ਹੋਵੇ ਨਾ ਖਾਸ ਪਰਪਜ ਵਾਸਤੇ, ਤੇ ਫਿਰ ਮਰਿਆਦਾ ਇਹੀ ਹੁੰਦਾ ਕਿ ਪਹਿਲਾਂ ਪਾਰਟੀ ਫੋਰਮ ਦੇ ਉੱਤੇ ਸਾਰੀ ਗੱਲ ਰੱਖੀ ਜਾਵੇ। ਇੱਕ ਅਕਾਲੀ ਦਲ ਹਮੇਸ਼ਾ ਪੰਥਕ ਮੁੱਦਿਆਂ ਤੇ ਸਿਆਸਤ ਕਰਦਾ ਰਿਹਾ, ਪੰਥ ਦੀ ਗੱਲ ਹੁੰਦੀ ਰਹੀ ਹੈ, ਪਰ ਇਸ ਵਾਰ ਪੰਥ ਅਕਾਲੀ ਦਲ ਦੇ ਨਾਲੋਂ ਪਾਸੇ ਹੁੰਦਾ ਦੇਖਿਆ ਗਿਆ, ਕਿਉਂਕਿ ਦੋ ਸੀਟਾਂ ਫਰੀਦਕੋਟ ਸਰਬਜੀਤ ਸਿੰਘ ਔਰ ਖਡੂਰ ਸਾਹਿਬ ਅੰਮ੍ਰਿਤਪਾਲ ਸਿੰਘ, ਦੋ ਐਸੇ ਚਿਹਰੇ ਸਾਹਮਣੇ ਆਏ ਜਿਨ੍ਹਾਂ ਨੇ ਆਪਣੇ ਆਪ ਨੂੰ ਪੰਥਕ ਦੱਸਿਆ, ਔਰ ਉਹਨਾਂ ਨੂੰ ਵੱਡੀ ਵੋਟ ਟਰਾਂਸਫਰ ਹੋਈ ਔਰ ਉਹਨਾਂ ਨੇ ਰਿਕਾਰਡ ਜਿੱਤ ਵੀ ਦਰਜ ਕਰਵਾਈ। ਅਕਾਲੀ ਦਲ ਉਹਨਾਂ ਦੇ ਖਿਲਾਫ਼ ਠੋਕ ਕੇ ਬਿਆਨ ਦਿੰਦਾ ਰਿਹਾ, ਇੱਕ ਕਾਰਨ ਇਹ ਸਮਝਦੇ ਹੋ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੋਨਾਂ ਸੀਟਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਸੀ, ਜਾਂ ਜਿਸ ਤਰ੍ਹਾਂ ਅਕਾਲੀ ਦਲ ਉਹਨਾਂ ਦੇ ਖਿਲਾਫ਼ ਡਟ ਕੇ ਸਾਹਮਣੇ ਆਇਆ, ਤੁਹਾਨੂੰ ਲੱਗਦਾ ਕਿ ਇਹਦੇ ਤੇ ਵੀ ਚਰਚਾ ਹੋਣੀ ਚਾਹੀਦੀ ਹੈ? ਦੇਖੋ, ਕੱਲ੍ਹ ਜਦੋਂ ਮੀਟਿੰਗ ਹੋਏਗੀ ਤਾਂ ਕੋਰ ਕਮੇਟੀ ਦੇ ਨੁਮਾਇੰਦੇ ਸਾਰੇ ਇਲਾਕਿਆਂ ਚੋਂ, ਜਿਹੜੇ ਉਹਨਾਂ ਸੀਟਾਂ ਦੇ ਸਾਡੇ ਨੁਮਾਇੰਦੇ ਆ, ਵਿਰਸਾ ਸਿੰਘ ਬਟੂਆ ਆਪ ਹੀ ਕੋਰ ਕਮੇਟੀ ਦੇ ਮੈਂਬਰ, ਉਹਨਾਂ ਦਾ ਪੱਖ ਵੀ ਅਸੀਂ ਕੱਲ੍ਹ ਸੁਣਾਂਗੇ, ਕਿਉਂਕਿ ਅਸੀਂ ਖੁਦ ਸਾਰੇ ਇਲੈਕਸ਼ਨ ਲੜ ਰਹੇ ਸੀ। ਜਦੋਂ ਤੁਸੀਂ ਇਲੈਕਸ਼ਨ ਲੜ ਰਹੇ ਹੁੰਦੇ ਹੋ, ਦੂਜੀ ਸਾਹ ਤੇ ਕੀ ਹੋਇਆ ਕੀ ਹੋ ਸਕਦਾ ਸੀ, ਉਹ ਤੁਹਾਨੂੰ ਉਹਦੇ ਤੇ ਕਮੈਂਟ ਕਰਨਾ ਠੀਕ ਹੁੰਦਾ। ਇਸ ਕਰਕੇ ਅਸੀਂ ਵੀ ਚਾਹਾਂਗੇ ਪਹਿਲਾਂ ਕੱਲ੍ਹ ਸਾਰੇ, ਜਦੋਂ ਪੰਜਾਬ ਦੀ ਲੀਡਰਸ਼ਿਪ ਸਾਰੀ ਕੋਰ ਕਮੇਟੀ ਆਉਣੀ ਹੈ, ਕੱਲ੍ਹ ਬੈਠ ਕੇ ਹਰ ਕੋਈ ਆਪਣੇ ਜਿਹੜਾ ਤਜਰਬਾ ਹੈਗਾ, ਜੋ ਉੱਥੇ ਦੀ ਸੱਚਾਈ ਹੈਗੀ ਹੈ ਕਿ ਠੀਕ ਹੋਇਆ ਕਿ ਗਲਤ ਹੋਇਆ, ਉਹ ਦੱਸੇਗਾ, ਅਤੇ ਉਸ ਤੋਂ ਬਾਅਦ ਹੀ ਕੁਛ ਕਹਿਣਾ ਮੇਰਾ ਜਿਹੜਾ ਉਹ ਵਾਜਬ ਹੁੰਦਾ। ਇਸ ਕਰਕੇ ਚੰਦੂ ਮਹਿਰਾ ਸਾਹਿਬ ਨਾਲ ਗੱਲ ਹੋ ਰਹੀ ਸੀ, ਚੰਦੂ ਮਹਿਰਾ ਸਾਹਿਬ ਕਹਿੰਦੇ ਕਿ ਅਸੀਂ ਤਾਂ ਕੋਈ ਆਪਦਾ ਸਟੈਂਡ ਹੀ ਸਪਸ਼ਟ ਨਹੀਂ ਕਰ ਪਾਏ, ਉਹ ਆਂਦੇ ਨਾ ਅਸੀਂ ਇਧਰ ਕੇ ਨਾ ਅਸੀਂ ਉਧਰ ਕੇ, ਤੇ ਉਹ ਆਂਦੇ ਲੋਕਾਂ ਨੂੰ ਫਿਰ ਕੀ ਦੱਸਦੇ ਵੀ ਅਸੀਂ ਕਿੱਧਰ ਸਟੈਂਡ ਲੈਣਾ। ਉਹ ਖਾਸ ਕਰਕੇ ਮੈਨੂੰ ਲੱਗਦਾ ਕਿ ਅੰਮ੍ਰਿਤਪਾਲ ਹੋਰਾਂ ਵਾਲੇ ਸੰਦਰਭ ਦੇ ਵਿੱਚ ਵੀ ਔਰ ਬਾਕੀ ਮੁੱਦਿਆਂ ਦੇ ਵੀ, ਉਹ ਆਂਦੇ ਅਸੀਂ ਸਪਸ਼ਟ ਨਹੀਂ ਕਰ ਪਾਏ। ਚਲੋ, ਉਹ ਵੀ ਸੀਨੀਅਰ ਲੀਡਰ ਨੇ ਕੋਰ ਕਮੇਟੀ ਦੇ, ਇਸ ਕਰਕੇ ਉਹ ਵੀ ਕੱਲ ਆਉਣਗੇ, ਉਹ ਵੀ ਆਪਣਾ ਪੱਖ ਰੱਖਣਗੇ। ਉਸ ਤੋਂ ਬਾਅਦ ਜੋ ਜਿਹੜੀ ਹੈ ਫਾਈਨਲ ਇੱਕ ਓਪੀਨੀਅਨ ਬਣਿਆ ਕਿ ਕੀ ਕਾਰਨ ਰਹੇ, ਕਿਵੇਂ ਬੈਟਰ ਹੋ ਸਕਦਾ ਸੀ, ਅੱਗੋਂ ਕੀ ਕੀਤਾ ਜਾਏਗਾ, ਉਹ ਮੀਟਿੰਗ ਤੋਂ ਬਾਅਦ ਤੁਹਾਡੇ ਨਾਲ ਹੀ ਸਾਂਝਾ ਕਰਨਾ ਸਰ।
ਸਾਰੇ ਲੋਕਾਂ ਤੱਕ ਪਹੁੰਚੇਗਾ। ਇਸ ਕਰਕੇ ਅੱਜ ਮੈਂ ਕਿਸੇ ਵੀ ਵਿਸ਼ੇ ਦੇ ਉੱਤੇ ਜਿਹੜਾ ਪਬਲਿਕਲੀ ਕਹਿਣ ਤੋਂ ਗੁਰੇਜ ਕਰਦਾ, ਕਿਉਂਕਿ ਮਰਿਆਦਾ ਇਹ ਹੁੰਦੀ ਹੈ ਕਿ ਜਦੋਂ ਮੀਟਿੰਗ ਪਾਰਟੀ ਨੇ ਬੁਲਾਈ ਹੋਵੇ ਫਿਰ ਉੱਥੇ ਆਪਣੀ ਗੱਲ ਜਿਹੜੀ ਆ ਉਹ ਰੱਖਣੀ ਚਾਹੀਦੀ। ਸੁਖਦੇਵ ਸਿੰਘ ਢੀਂਡਸਾ ਹੁਣੀ ਪਹਿਲਾਂ ਖਫਾ ਹੋ ਕੇ ਅਲੱਗ ਚਲੇ ਗਏ ਸੀ, ਖਾਸ ਤੌਰ ਤੇ ਹਮੇਸ਼ਾ ਖੁੱਲ੍ਹ ਕੇ ਕਹਿੰਦੇ ਰਹੇ ਕਿ ਪਾਰਟੀ ਦੀ ਲੀਡਰਸ਼ਿਪ ਪ੍ਰਧਾਨ ਤੋਂ ਯਾਨੀ ਉਹ ਨਾ ਖੁਸ਼ ਨਜ਼ਰ ਆਉਂਦੇ ਸੀ। ਚਲੋ ਹਾਲਾਤ ਠੀਕ ਹੋਏ, ਪਰਿਵਾਰ ਦਾ ਗੁੱਸਾ ਗਿਲਾ ਦੂਰ ਹੋਇਆ, ਵਾਪਸ ਆ ਗਏ, ਵਾਪਸ ਵੀ ਕੀ ਆਏ ਟਿਕਟ ਨੂੰ ਲੈ ਕੇ ਫਿਰ ਪੰਗਾ ਪੈ ਗਿਆ ਔਰ ਉੱਤੋਂ ਹਾਲਾਤ ਜਿਹੜੇ ਪਾਰਟੀ ਦੇ ਚੋਣਾਂ ਦੇ ਵਿੱਚ ਬਣੇ, ਉਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸੁਖਦੇਵ ਸਿੰਘ ਢੀਂਡਸਾ ਹੁਣੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਚੁੱਕ ਰਹੇ ਨੇ, ਤਾਂ ਐਸੇ ਹਾਲਾਤਾਂ ਦੇ ਵਿੱਚ ਤੁਹਾਨੂੰ ਲੱਗਦਾ ਕਿ ਅਗਰ ਇਸ ਤਰ੍ਹਾਂ ਦੀ ਫਿਰ ਤੋਂ ਆਵਾਜ਼ ਉੱਠਦੀ ਹੈ ਤਾਂ ਉਹਨੂੰ ਲੈ ਕੇ ਵੀ ਚਰਚਾ ਹੋਏਗੀ? ਢੀਂਡਸਾ ਸਾਹਿਬ ਪਾਰਟੀ ਦੇ ਸਰਪ੍ਰਸਤ ਨੇ, ਸਰਪ੍ਰਸਤ ਕੋਲ ਤੇ ਅਧਿਕਾਰ ਹੁੰਦਾ ਕਿ ਉਹ ਸਾਰਿਆਂ ਤੋਂ ਵੱਡੇ ਹੁੰਦੇ ਆ, ਕੁਛ ਵੀ ਕਹਿ ਸਕਦੇ ਆ। ਮੇਰੀ ਆਪਣੀ ਇੱਕ ਸੀਮਾ, ਨਾ ਤਾਂ ਮੈਂ ਸਰਪ੍ਰਸਤ ਦੇ ਕਮੈਂਟਾਂ ਦੇ ਉੱਤੇ ਹੀ ਕਮੈਂਟ ਕਰਦਾ ਚੰਗਾ ਲੱਗਦਾ, ਕਿਉਂਕਿ ਉਹ ਵੀ ਵਾਜਬ ਨਹੀਂ ਹੁੰਦਾ। ਇਸ ਕਰਕੇ ਮੈਂ ਤਾਂ ਹੀ ਕਿਹਾ ਕਿ ਸਾਰੀ ਲੀਡਰਸ਼ਿਪ ਨੇ ਕੱਲ੍ਹ ਬਹਿਣਾ, ਜਦੋਂ ਪੂਰੀ ਫੈਮਿਲੀ ਨੇ ਉੱਥੇ ਬੈਠਣਾ ਔਰ ਬੈਠਣਾ ਹੀ ਇਸ ਮਕਸਦ ਵਾਸਤੇ ਹੈ ਵੀ ਕਿਵੇਂ ਹੋਇਆ ਕੀ ਹੋਇਆ ਜਿਹੜੀ ਹੈ ਇਹ ਸਾਰੀ ਚੀਜ਼ਾਂ ਵਿਚਾਰੀਆਂ ਜਾਣੀਆਂ ਅਤੇ ਉੱਥੇ ਸਾਰਾ ਡਿਸਕਸ ਕਰਾਂਗੇ। ਹਰ ਕੋਈ ਆਪਣਾ ਪੱਖ ਰੱਖੇਗਾ, ਜੇ ਉਹਨਾਂ ਨੇ ਕੋਈ ਮੀਡੀਆ 'ਚ ਕਿਹਾ ਤਾਂ ਨੈਚੁਰਲੀ ਮੀਟਿੰਗ 'ਚ ਵੀ ਆਪਣਾ ਪੱਖ ਰੱਖਣਗੇ। ਇਸ ਕਰਕੇ ਜਦੋਂ ਉਹਨਾਂ ਤੋਂ ਜਿਹੜੀ ਗੱਲ ਸੁਣਾਂਗੇ ਜੋ ਸਾਡੇ ਦਿਲ ਦੇ ਵਿੱਚ ਆਇਆ ਅਸੀਂ ਆਪਣਾ ਵਿਚਾਰ ਰੱਖਾਂਗੇ, ਇੱਦਾਂ ਹੀ ਹੁੰਦਾ ਮੀਟਿੰਗ ਦੇ ਵਿੱਚ। ਇਸ ਕਰਕੇ ਜੋ ਮੀਟਿੰਗ ਦੇ ਵਿੱਚ ਫਾਈਨਲ ਭਾਵਨਾ ਆਈ ਉਹ ਤੁਹਾਡੇ ਸਾਹਮਣੇ ਆ ਜਾਏਗੀ। ਪਰ ਤੁਹਾਨੂੰ ਲੱਗਦਾ ਕਿ ਹੁਣ ਕੋਈ ਨਾ ਕੋਈ ਵੱਡਾ ਫੈਸਲਾ ਲੈਣਾ ਪਏਗਾ, ਚਾਹੇ ਉਹ ਕਿਸੇ ਵੀ ਸੰਦਰਭ ਦੇ ਵਿੱਚ ਹੋਵੇ, ਚਾਹੇ ਕਿਸੇ ਗੱਠਜੋੜ ਨੂੰ ਲੈ ਕੇ ਹੋਵੇ, ਚਾਹੇ ਲੀਡਰਸ਼ਿਪ ਨੂੰ ਲੈ ਕੇ ਹੋਵੇ? ਦੇਖੋ ਫੈਸਲਾ ਭਾਵੇਂ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਮੀਟਿੰਗ ਚ ਹੀ ਲਿਆ ਜਾਂਦਾ। ਇਸ ਕਰਕੇ ਹਲੇ ਮੀਟਿੰਗ ਕੱਲ ਹੈ ਤੇ ਅੱਜ ਮੈਂ ਕਿਵੇਂ ਕਹਿ ਸਕਦਾ ਵੀ ਕੀ ਹੋਏਗਾ। ਇਸ ਕਰਕੇ ਮੀਟਿੰਗ ਦਾ ਏਜੰਡਾ ਬੜਾ ਖੁੱਲਾ ਕਿ ਜਿਹੜੀ ਹੈ ਇਲੈਕਸ਼ਨ ਦੀ ਸਾਰੀ ਇੰਟਰੋਸਪੈਕਸ਼ਨ ਕਰਨੀ ਹੈ, ਪੰਜਾਬ ਦੀ ਮੌਜੂਦਾ ਰਾਜਨੀਤੀ ਦੇ ਉੱਤੇ ਡਿਸਕਸ ਕਰਨਾ, ਕੁਛ ਬਾਈ ਇਲੈਕਸ਼ਨ ਅੱਗੋਂ ਹੋਣੀ ਆ ਉਹਦੇ 'ਤੇ ਡਿਸਕਸ ਹੋਣਾ, ਦੇਸ਼ ਦੀ ਰਾਜਨੀਤੀ ਜਿਹੜੀ ਹੈ ਉਹਦੇ 'ਤੇ ਡਿਸਕਸ ਹੋਣਾ। ਇਸ ਕਰਕੇ ਬੜਾ ਖੁੱਲ੍ਹਾ ਏਜੰਡਾ ਔਰ ਉੱਤੇ ਬਹੁਤ ਜਿਹੜੀਆਂ ਹਰ ਇੱਕ ਦੀ ਆਪਣੀ ਆਪਣੀ ਰਾਏ ਜਿਹੜੀ ਆ ਉਹ ਖੁੱਲ੍ਹ ਕੇ ਸਾਹਮਣੇ ਆਏਗੀ।